ਫਿਰ ਰੋਬ ਕਿਉਂ ਮਾਰਦੀਆਂ? ਪਹਿਲੇ ਮੇਰੀ ਗੱਲ ਸੁਣੋ, ਪਹਿਲਾਂ ਤੂੰ ਜ਼ੁਬਾਨ ਸੰਭਾਲ ਕੇ ਗੱਲ ਕਰ ਮੇਰੇ ਨਾਲ। ਜਵਾਨ ਖਿੱਚ ਲੋ ਮੰਦਰੋਂ ਬਣੀ ਫਿਰਦੇ ਤੂੰ। ਅੱਛਾ ਠੀਕ ਹੈ, ਚਲੋ ਇਹਦੇ ਘਰੇ ਚਲੋ। ਬੰਗਾ ਪਾ ਕੇ ਨੀ ਬੈਠੇ, ਮੈਂ ਵੀ ਬੰਗਾ ਪਾ ਕੇ ਨੀ ਬੈਠਾ, ਨਾਲੇ ਦੇਖ ਲਈ ਤੂੰ ਐਵੇਂ ਨਾ ਬਾਲੀ, ਜਰਾ ਕਰੀ ਚੱਲ ਠੀਕ ਆ। ਘੰਟਾ ਹੋ ਗਿਆ ਤੈਨੂੰ, ਮੈਂ ਬੰਦਿਆਂ ਵਾਂਗ ਗੱਲ ਕਰਿਆ, ਪੁੱਛ ਕਿਹੜੋ ਪੁੱਛਦੇ? ਹੁਣ ਮੇਰੀ ਗੱਲ ਇੱਧਰ, ਵਿਚੋਲੇ ਮੇਰੇ ਕੋਲ 1.5 ਸਾਲ ਹੋ ਗਿਆ ਤਾਂ ਬੰਦਾ ਆਇਆ ਹੈ, ਵਿਚੋਲੇ ਪਾਪਾ ਨਾਲੇ ਗੱਲਾਂ ਹੋਰ ਕਰਦੇ ਨੇ। ਜੇ ਦਫ਼ਤਰ ਜਾ ਕੇ ਤੇਰੇ ਮੂੰਹ ਚੋਂ ਆਵਾਜ਼ ਨਿਕਲਣੀ, ਮੈਂ ਤੈਨੂੰ ਇਹ ਗੱਲ ਦੱਸਤੀ ਆਵਾਜ਼। ਕੈਨੇਡਾ ਦਾ ਪੁੱਛਣਾ ਜੀ, ਮੈਂ ਧਮਕੀ ਦਿੰਦਾ, ਹਾਂ ਬਿਲਕੁਲ ਧਮਕੀ ਦਿੰਦਾ, ਬਿਲਕੁਲ ਧਮਕੀ ਦਿੰਦਾ, ਲਿਖ ਧਮਕੀ। ਤੂੰ ਐਵੀ ਨਾ ਬਾਲੀ, ਜਰਾ ਕਰੀ ਚੱਲ ਠੀਕ ਆ। ਘੰਟਾ ਹੋ ਗਿਆ ਤੈਨੂੰ, ਮੈਂ ਬੰਦਿਆਂ ਵਾਂਗ ਗੱਲ ਕਰਿਆ, ਪੁੱਛ ਕਿਹੜੋ ਪੁੱਛਦੇ? ਪੁੱਛ ਪਰ ਪੂਰੇ ਪੰਜਾਬ ਚ ਭਾਣਾ ਸਿੱਧੂ ਕੌਣ ਆ? ਤੈਨੂੰ ਪਤਾ ਨੀ ਭਾਣਾ ਸਿੱਧੂ ਕੌਣ ਆ? ਮੈਂ ਤੈਨੂੰ ਬੰਦਿਆਂ ਵਾਂਗ ਕਹਿੰਦਾ ਭਾਣਾ ਸਿੱਧੂ ਕੌਣ ਆ? ਕਹਿੰਦਾ ਬੁਲਾਉਣ ਨੀ ਆਇਆ, ਤੈਨੂੰ ਪਤਾ ਨੀ ਕਹਿੰਦਾ MLA ਕੀ ਸ਼ੈ ਹੁੰਦੀ ਆ? ਜੇ ਇਸ MLA ਨੂੰ ਦੱਸਣਾ ਪੈ ਜੇ ਉਹ ਕੀ ਸ਼ੈ, ਉਹ ਟੱਟੂ ਦਾ MLA ਕਿਸੇ ਕੰਮ ਦਾ MLA ਹੋ? ਮੈਨੂੰ ਨੀ ਪਤਾ, ਪਤਾ ਕਰ ਫਿਰ, ਪਤਾ ਕਰਕੇ ਫਿਰ ਚੱਕਿਆ ਚੱਕੀ ਪਾਉਣ। ਤੈਨੂੰ ਇਹ ਨੀ ਪਤਾ ਭਾਣਾ ਸਿੱਧੂ ਕੌਣ ਆ? ਤੂੰ ਐਵੇਂ ਜਰਾ ਕਰੀ ਜਾਂਦਾ, ਘੰਟਾ ਹੋ ਗਿਆ। ਕਲੈਂਟ ਆ ਕਲੈਂਟ ਆ, ਫਿਰ ਪਤਾ ਕਰ ਤੂੰ ਬੈਠੀ ਕਿਉਂ ਇੱਥੇ, ਪਤਾ ਕਰ। ਤੇਰੇ ਸੋਤਾ ਸਭ ਨੂੰ ਦੱਸ, ਮੈਂ ਨੀ ਪਿਆਰ ਨਾ ਕਰਦਾ ਜਾ ਗੱਲ, ਪਿਆਰ ਨਾ ਸਭ ਨੂੰ ਕਹਿ ਕਰੇ ਚੜਾਉਂਦਾ, ਸਾਰੇ ਕੋਲ ਚੜਾਉਂਦੇ ਫੋਟੋਆਂ ਵੀਡੀਓ ਲਾ ਕੇ ਮੀਡੀਆ ਚ, ਕਹਿ ਹੁਣ ਕਰੇ ਭਾਣਾ ਸਿੱਧੂ ਫੋਨ ਆ ਬੰਦਿਆਂ ਵਾਂਗ ਗੱਲ ਕਰ। ਮੇਰੀ ਗੱਲ ਸੁਣ ਇੱਕ ਮਿੰਟ, ਕੋਲੇ ਬੁੱਧਵਾਰ, ਅਗਲੇ ਬੁੱਧਵਾਰ ਤੱਕ ਦਾ ਟਾਈਮ, ਅੱਜ ਬੁੱਧਵਾਰ ਆ, ਜੇ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਇਸਦਾ ਮਸਲਾ ਨਹੀਂ ਹੱਲ ਕਰਦੇ ਤਾਂ ਤੁਹਾਡੇ ਨਾਲ ਉਹ ਕਰਾਂਗੇ ਜਿਹੜੀ ਕਿਸੇ ਨਾਲ ਜੰਟ ਨਾਲ ਅੱਜ ਤੱਕ ਨਹੀਂ ਕੀਤੀ ਹੋਣੀ, ਗੱਲ ਖਤਮ। ਧਮਕੀ ਲਾ ਲੈ ਤੂੰ ਇਹ ਹਿਸਾਬ ਲਾ ਲੈ, ਹਾਂ ਬਿਲਕੁਲ ਮੇਰੀ ਧਮਕੀ ਆ, ਬਿਲਕੁਲ ਮੇਰੀ ਧਮਕੀ ਆ, 100% ਤੁਸੀਂ ਬਿਲਕੁਲ ਮੇਰੀ ਧਮਕੀ ਆ, ਬਿਲਕੁਲ ਲਾ ਲਾ ਧਮਕੀ। ਭਾਨ ਦਾ ਫੋਨ ਕਿਉਂ ਨੀ ਦੱਸਿਆ? ਦੱਸ ਹੁਣ ਭਾਨੇ ਸਿੱਧਾ ਫੋਨ ਆਇਆ। ਸਰ ਤੁਸੀਂ ਉਹ ਗੱਲ ਕਿੱਥੋਂ ਕਰ ਰਹੇ ਹੋ? ਆਪਣਾ ਦੂਸਰਾ ਨਾਮ ਦੱਸਣਾ, ਰੀਅਲ ਨਾਮ ਦੱਸੋ ਤੁਸੀਂ ਆਪਣਾ। ਸਰ ਨੂੰ ਕਹਾ ਕਹਦੇ ਉਹ ਮੀਡੀਆ ਲੈ ਕੇ ਕਹਦੇ ਨਾਲੇ ਤੇਰੀ ਹੁਣ ਵੀਡੀਓ ਪਾਉਣ ਲੱਗਦਾ, ਸਾਰੀਆਂ ਵੀਡੀਓ ਚਲਾਈ ਖੜਾ ਇਹਦਾ ਮੁੰਡੇ ਦਾ, ਚਾ ਕਿੰਨੇ ਲੱਖ ਰੁਪਏ ਬੋਲੋ? 4,30,000 ਰੁਪਏ। 4,30,000 ਰੁਪਏ, 4,30,000 ਰੁਪਏ ਹੈ ਸਰ। ਇਹ ਸਾਡੇ ਕਲਾਇੰਟ ਆ। ਹਾਂਜੀ ਕਲਾਇੰਟ ਆ। ਕਿੱਥੋਂ ਗੱਲ, ਕੀ ਨਾਮ ਹੈ ਇਹਨਾਂ ਦਾ? ਮਲੇਕ ਕੋਲੇ ਤੋਂ ਆ, ਨਦੀਮ ਅਖਤਰ ਸਰ ਤੁਹਾਡਾ। ਹਾਂਜੀ ਤੇ ਉਹ ਸਰ ਤੁਸੀਂ ਸਾਡੇ ਕਲਾਇੰਟ ਆ, ਤੁਸੀਂ ਕਲਾਇੰਟ ਵਾਲੇ ਨੰਬਰ ਤੋਂ ਕਾਲ ਕਰੋ ਨਾ, ਫੇਰ ਹੀ ਸਾਨੂੰ ਪਤਾ ਲੱਗੂਗਾ। ਤੁਸੀਂ ਕਲਾਇੰਟ ਵਾਲੇ ਗੱਲ ਤੋਂ ਕੀ ਲੈਣਾ ਭੈਣ ਮੇਰੀ, ਤੁਸੀਂ ਚੱਕਦੇ ਨਹੀਂ ਉਦੋਂ ਤੋਂ, ਠੀਕ ਹੈ ਨਾ ਗੱਲ? ਤੁਸੀਂ ਗੱਲਾਂ ਛੱਡੋ, ਤੁਸੀਂ ਐਂ ਦੱਸੋ ਪੈਸੇ ਵਾਪਸ ਕਦੋਂ ਕਰੂਗਾ? ਤੁਹਾਡਾ ਸਰ ਨੂੰ ਕਿਹਾ ਭਾਣੇ ਸਿੱਧੂ ਦਾ ਫੋਨ ਆਇਆ, ਗੱਲ ਕਰ ਲਾ ਉਹਨਾਂ ਨਾਲ, ਚੰਗਾ ਰਹੇਗਾ। ਫਿਰ ਤੈਨੂੰ ਸਰ ਨੇ ਤੈਨੂੰ ਐਂ ਕਹਿਣਾ ਵੀ ਗੱਲ ਨਹੀਂ ਕਰਾਈ ਤਾਂ ਐਡਾ ਵੱਡਾ ਮਸਲਾ ਫੈਲ ਗਿਆ, ਐਡਾ ਵੱਡਾ ਮਸਲਾ ਤੂੰ ਗੱਲ ਕਿਉਂ ਨਹੀਂ ਕਰਾਈ ਭਾਣੇ ਸਿੱਧੂ ਨੂੰ? ਦੇਖੋ ਸਰ, ਜਦੋਂ ਵੀ ਸਾਨੂੰ ਕਾਲ ਆਉਂਦੀ ਹੈ ਅਸੀਂ ਇਨਫੋਰਮ ਕਰੀਦਾ ਹੈ ਸਰ ਨੂੰ, ਠੀਕ ਹੈ ਨਾ? ਇਹ ਨਹੀਂ ਹੈਗਾ ਵੀ ਜੇ ਸਾਨੂੰ ਕਾਲ ਆਉਂਦੀ ਤਾਂ ਅਸੀਂ ਇਨਫੋਰਮ ਨਹੀਂ ਕਰਨਾ। ਦਿਨ ਵਿੱਚ ਮੇਰੀ ਗੱਲ ਸਰ, ਮੇਰੀ ਗੱਲ ਕਹਦੇ ਕਹਦੇ ਚੜਾਉਣ ਲੱਗਦਾ ਸਾਰਾ ਕੁਝ, ਆ ਮੈਂ ਚਲਾਉਣਾ ਵੀਡੀਓ, ਆ ਦੇਖ, ਆ ਦੇਖ ਗਿਆਨ ਮੰਡੀ ਦਾ ਇੱਥੇ ਬੈਠਾ ਮੁੰਡੇ ਦਾ, 1.5 ਲੱਖ, 1.5 ਸਾਲ ਹੋ ਗਿਆ, 4,00,000 ਰੁਪਏ ਲਿੱਤੇ ਨੂੰ, ਇੱਕ ਤੁਸੀਂ ਇਹਦਾ ਗਾਨੀ ਦਾ ਕੰਮ ਨਹੀਂ ਕੀਤਾ। ਸਰ ਇਹ ਤਾਂ ਫਿਰ ਉਹ ਖੁਦ ਗੱਲ ਕਰਨ ਨਾ, ਕਲਾਇੰਟ ਜਿਹੜੇ ਆ ਸਾਡੇ, ਇਦਾਂ ਤੁਸੀਂ ਕੁਝ ਤਾਂ ਗੱਲ ਕਰ ਹੀ ਨਹੀਂ ਸਕਦੇ, ਜਿਹੜੇ ਸਾਡੇ ਕਲਾਇੰਟ ਆ ਸੀ ਉਹਨਾਂ ਨਾਲ ਗੱਲ ਕਰਨੀ ਆ। ਸਰ ਗੱਲ ਕਰ, ਪਾਸਪੋਰਟ ਵੀ ਮੈਡਮ ਤੁਹਾਡੇ ਲਈ ਪਿਆ, ਪਾਸਪੋਰਟ ਟੋਟਲ ਦੇ ਸਾਰੇ ਸਾਰੇ ਪੈਸੇ ਇਹਦੇ ਵਾਪਸ ਕਰੋ, ਪਾਸਪੋਰਟ ਵੀ ਵਾਪਸ ਕਰੋ ਤੇ ਪੈਸੇ ਵੀ ਵਾਪਸ ਕਰੋ, ਨਾਲ ਤਾਂ ਮੈਂ ਨਹੀਂ ਦਫ਼ਤਰ ਜਾਊਂਗਾ, ਨਾਲੇ ਮੈਂ ਹੁਣ ਚੜਾਉਂਗਾ ਸਾਰੇ ਵੀਡੀਓ। ਸਰ ਮੇਰੀ ਪਹਿਲਾਂ ਗੱਲ, ਮੇਰੀ ਹੁਣ ਗੱਲ ਸੁਣੋ ਧਿਆਨ ਨਾਲ, ਤੁਸੀਂ ਪਹਿਲੀ ਗੱਲ, ਤੁਸੀਂ ਸਾਨੂੰ ਤੁਹਾਡਾ ਤੋਂ ਕਲਾਇੰਟ ਨੰਬਰ ਹੋਣਾ ਨਾ, ਜਿਹੜਾ ਤੁਹਾਡੇ ਜਿਹੜਾ ਤੁਸੀਂ ਸਾਨੂੰ ਆਫਿਸ 'ਚ ਦਿੱਤਾ ਹੋਇਆ ਆ। ਸਰ ਪਹਿਲਾਂ ਤੁਸੀਂ ਦੱਸੋ ਤਾਂ ਸਹੀ ਨਾ, ਤੁਸੀਂ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਕਲਾਇੰਟ ਆ, ਠੀਕ ਹੈ ਨਾ?
ਤੁਸੀਂ ਇਹ ਤਾਂ ਕਹਿ ਦਿੱਤਾ, ਬਿਲਕੁਲ ਕਿਹਾ ਤੁਸੀਂ ਸਰ ਵੀ ਅਸੀਂ ਤੁਹਾਡੇ ਕਲਾਇੰਟ ਆ, ਹੁਣ ਮੈਂ ਕਿੱਦਾਂ ਮੰਨ ਲਵਾਂ ਵੀ ਤੁਸੀਂ ਸਾਡੇ ਕਲਾਇੰਟ ਆ, ਕਿਉਂਕਿ ਘੰਟਾ ਹੋ ਗਿਆ ਤੈਨੂੰ ਮੈਂ ਬੰਦਾ ਗੱਲ ਕਰਿਆ, ਪੁੱਛ ਕਿਹਨੂੰ ਪੁੱਛਦੇ, ਪੁੱਛ ਪਰ ਪੂਰੇ ਪੰਜਾਬ ਚ ਭਾਣਾ ਸਿੱਧੂ ਕੌਣ ਆ ਮੇਰੀ ਗੱਲ ਸੁਣੋ, ਗੱਲ ਕਰਵਾਓ ਜੀ ਨਾ ਤੁਸੀਂ। ਹੈਲੋ ਜੀ, ਬੋਲ ਰਹੇ ਪਾਨਾ ਸਿੱਧੂ? ਬੋਲ ਬਾਈ ਪਾਨਾ ਸਿੱਧੂ ਕੌਣ? ਚੱਲ ਮੇਰੀ ਗੱਲ ਸੁਣ ਲਾ ਵੀਰ ਮੇਰਿਆ। ਓ ਤੂੰ ਮੇਰੀ ਗੱਲ ਸੁਣ ਓਏ, ਓ ਸੁਣ ਪਹਿਲਾਂ। ਮੈਂ ਆਰਗੇਨਾਈਜ਼ ਸੈਕਟਰੀ ਬੋਲ ਰਿਹਾ, ਪੰਜਾਬ ਕਾਂਗਰਸ ਵਿਧਾਨ ਸਭਾ ਹਲਕੇ ਟਾਂਡੇ ਤੋਂ ਮੈਂ ਐਮਐਲਏ ਦੀ ਇਲੈਕਸ਼ਨ ਲੜਦਾ। ਤੂੰ ਕਿਸੇ ਤੂੰ ਬਕਵਾਸ ਕੋਈ ਕੀਤਾ ਮੇਰੇ ਦਫ਼ਤਰ ਸਟਾਫ ਨੂੰ? ਅੱਛਾ ਪੈਸੇ ਲੈਣ ਦੇ? ਓਏ ਤੂੰ ਬਦਮਾਸ਼ ਆ ਕੋਈ, ਤੂੰ ਬਦਮਾਸ਼ ਆ, ਤੇਰੀਆਂ ਬਦਮਾਸ਼ੀਆਂ ਇੱਥੇ ਨੀ ਚੱਲਣੀਆਂ। ਉਹ ਸੁਣ ਲਾ ਹੁਣ, ਸੁਣ ਮੈਂ ਭਾਨਾ ਆ, ਭਾਨਾ ਲਾਈਵ, ਉਹ ਇੱਧਰ ਵੀ ਲਾਈਵ ਚੱਲਣ ਦੇ ਆਇਆ ਓਏ ਭਾਨਾ ਸਿੱਧੂ ਸਾਲਿਆ, ਤੂੰ ਭਾਨਾ ਸਿੱਧੂ ਆ ਤੇ ਫੇਰ ਕੌਣ ਆ ਤੂੰ? ਭਾਨਾ ਸਿੱਧੂ ਭਾਨਾ ਸਿੱਧੂ ਮੈਂ ਹਰਿੰਦਰ ਸਿੰਘ ਸੋਤਾ, ਬੋਲ ਆ ਬੋਲ, ਹਰਿੰਦਰ ਸਿੰਘ ਸੋਤਾ ਸਾਲਾ ਭਾਨਾ ਸਿੱਧੂ ਦਾ ਬਦਮਾਸ਼ ਆ ਤੂੰ ਕੋਈ? ਉਹ ਤੂੰ ਚਲਾ, ਉਹ ਵੀਡੀਓ ਚਲਾ, ਮੈਂ ਤਾਂ ਚਾਹੁੰਦਾ ਓਏ ਗੱਲ ਸੁਣੋ, ਇਹ ਤਤੜਾ ਜਿਹਾ ਤੂੰ ਲੋਕਾਂ ਨੂੰ ਬਦਮਾਸ਼ੀਆਂ ਕਰਦਾ ਫਿਰਦਾ। ਮੈਂ ਇੱਕ ਜੈਨੂਨ ਬੰਦਾ, ਐਵਰੀਥਿੰਗ ਅਸੀਂ ਰਿਟਰਨ ਚ ਆਪਣਾ ਕੰਮ ਕਰਦੇ ਹਾਂ, ਇੱਕ ਲਾਇਸੈਂਸ ਹੋਲਡਰ ਆ ਮੈਂ। ਓਏ ਵੀ ਓਏ ਤੇਰੀ ਹੁਣ ਆਵਾਜ਼ ਕਰਦੇ ਕੰਮ ਦੀ ਆ ਓਏ, ਉਹ ਸਾਲਿਆ ਭਾਨਿਆ ਤਤੜਾ ਜਿਹਾ, ਤੂੰ ਕੁੜੀਆਂ ਨੂੰ ਬਦਤਮੀਜ਼ੀ ਕਰਦਾ ਸਾਡੇ ਸਟਾਫ ਦੀਆਂ ਨੂੰ। ਤੇਰੇ ਘਰ ਕੋਈ ਚਲਾਨੀਆਂ ਹੈ ਨੀ ਓਏ ਭਾਨਿਆ, ਤੇਰੀ ਭੈਣ ਨੂੰ ਬਦਮਾਸ਼ ਦੀ ਨੂੰ, ਤੇਰੀ ਦੀ ਨੂੰ ਓਏ ਦੱਲਿਆ ਭਾਨਿਆ, ਓਏ ਦੱਲਿਆ ਤੇਰੀ ਭੈਣ, ਓਏ ਤੂੰ ਰੱਬ, ਓਏ ਤੂੰ ਰੱਬ, ਓਏ ਤੂੰ ਰੱਬ ਆ ਭਾਨਿਆ, ਤੂੰ ਰੱਬ ਆ ਸਾਲਿਆ, ਤੈਨੂੰ ਬਦਤਮੀਜ਼ਾ, ਤੈਨੂੰ ਪਤਾ ਨੀ ਜਨਾਨੀਆਂ ਨੇ ਕਿੱਦਾਂ ਬੋਲੀ ਦਾ? ਲੋਕਾਂ ਨੂੰ ਫੋਨ ਕਰਦੇ ਦਿੰਦਾ, ਫੋਨ ਫੜ ਆਪ, ਹੁਣ ਫੋਨ ਫੜ, ਓਏ ਭਾਨਿਆ ਤੇਰੀ ਹੁਣ ਆਵਾਜ਼ ਕਿੱਧਰ ਆ ਓਏ, ਆ ਸੀਗੀ ਸੁਣੀ ਜਾਂਦਾ ਮੈਂ ਤੇਰੀ ਸਾਰੀ ਗੱਲ। ਓਏ ਤੂੰ ਟੱਕਲਾ ਜਿਹਾ ਭਾਨਾ ਆ, ਤੇ ਤੂੰ ਭਾਨਾ ਆ, ਤੂੰ ਰੱਬ ਆ, ਨਦੀਮ ਅਖਤਰ ਬੋਲ ਰਿਹਾ ਤੂੰ? ਨਦੀਮ ਅਖਤਰ ਬੋਲ ਰਿਹਾ, ਓਏ ਮੇਰੀ ਗੱਲ ਸੁਣ, ਆਪਾਂ ਮੈਂ ਨਾ ਮੈਂ ਕਿਤੇ ਭੱਜਣਾ ਆ, ਮੇਰੇ ਕੋਲ ਵਾਧੂ ਟਾਈਮ ਆ ਤੇਰੇ ਨਾਲ ਗੱਲ ਕਰਨ ਦੀ, ਤੂੰ ਕੀਤੀ ਮੇਰੇ ਦਫ਼ਤਰ ਚ ਬਦਤਮੀਜ਼ੀ ਬਹੁਤ ਮਾੜੀ, ਤੂੰ ਸਹੀ ਥਾਂ ਤੇ ਪੈਸੇ ਲੈਣੇ ਤਾਂ ਗੱਲ ਕਰੀ, ਸਾਲਿਆ ਬਦਮਾਸ਼ਾ, ਬਕਵਾਸ ਭੈਣ ਦਿਆ ਚੋਦਾ, ਤੂੰ ਸਾਡੇ ਸਟਾਫ ਨੂੰ ਬਦਤਮੀਜ਼ੀ ਨਾਲ ਗਾਲਾਂ ਕੱਢੀਆਂ, ਉਹ ਮੈਂ ਹੈਗਾ ਸਾਲਾ ਟੱਟਲ ਜਿਹਾ, ਓਏ ਕੁੜੀਆਂ ਨੂੰ ਬਦਤਮੀਜ਼ੀ ਕਰਦਾ ਤੂੰ,
ਓਏ ਹੁਣ ਤੇ ਓਏ ਮੈਂ ਕਿਹਾ ਮੇਰੇ ਇੱਧਰ ਵੀ ਵੀਡੀਓ ਬਣ ਗਈ ਆ, ਬੰਦੇ ਨੇ 4 ਕਰੋੜ ਲੱਖ ਰੁਪਏ ਲਈ ਬੈਠਾ ਵਾ। ਤੇਰੀ ਭੈਣ ਨੂੰ ਸਾਲਿਆ ਬਕਵਾਸ ਕਰਦਾ ਹਰਾਮ ਜਿਆਦਿਆ, ਤੈਨੂੰ ਪਤਾ ਨੀ ਲੋਕਾਂ ਦੀ ਧੀਆਂ ਭੈਣਾਂ ਨੂੰ ਬੋਲਣਾ ਕਿੱਦਾਂ ਸਾਲਾ ਭਾਨਾ ਭਾਨਾ ਭਾਨਾ, ਤੂੰ ਡੀਸੀ ਲੱਗਾ ਭੈਣ ਦਾ ਚੋਦ ਤੱਲਾ ਸਾਲਾ ਸਾਲਿਆ ਤੂੰ, ਮੈਂ ਇੱਕ ਲੀਗਲ ਬੰਦਾ ਲੀਗਲ ਕੰਮ ਕਰਦਾ ਆ, ਸਾਰਾ ਕੁਛ ਅਸੀਂ ਰਿਟਰਨ ਚ ਕੰਮ ਕਰਦੇ ਆ, ਕਿਸੇ ਨਾਲ ਕੋਈ ਹੇਰਾ ਫੇਰੀ ਨੀ, ਕੋਈ ਗੱਲ ਨੀ, ਤੂੰ ਆ ਕੇ ਸਟਾਫ ਨੂੰ ਕਰਨਾ ਮੈਂ ਭਾਨਾ, ਉਹ ਮੈਂ ਭਾਨਾ ਤੂੰ ਸਾਲਿਆ ਰੱਬ ਭੇਜਿਆ, ਉਹ ਤੂੰ ਰੱਬ ਆਪਣੀ ਅੱਜ ਤੇ ਕੋਈ ਤੂੰ ਤੂੰ ਮੈਂ ਕੋਈ ਗਲਤ ਗੱਲ ਹੋਈ ਅੱਜ ਤੇ ਆਪਣੀ? ਨਹੀਂ ਸੱਚ ਨਦੀਮ ਅਖਤਰ, ਤੂੰ ਮੁਸਲਮਾਨ ਰੱਬ ਨੂੰ ਧਿਆ ਕੇ ਗੱਲ ਕਰੀ, ਮੇਰੀ ਗੱਲ ਸੁਣੋ, ਪਹਿਲਾਂ ਮੇਰੀ ਇੱਕ ਗੱਲ ਸੁਣ, ਮੇਰੀ ਇੱਕ ਗੱਲ, ਮੇਰੀ ਇੱਕ ਗੱਲ ਸੁਣ, ਕਿਸੇ ਮੈਡਮ ਨੇ ਮੇਰੀ ਜਾਨੀ ਕਰਵਾਈ ਤੁਹਾਡੇ ਨਾਲ, ਤੇ ਮੈਂ 4 ਮਹੀਨੇ ਗਏ ਸੀ, 4 ਮਹੀਨੇ ਮੈਂ ਤਾਂ ਤੈਨੂੰ 1.5 ਸਾਲ ਕੀ, ਮੈਂ ਤੈਨੂੰ ਡੇਟ, ਓਏ ਮੈਂ ਤੈਨੂੰ ਡੇਟ ਵੀ ਦੱਸ ਦਿੰਦਾ, ਤੂੰ 22/7/22 ਨੂੰ ਸਾਡਾ ਕਲਾਇੰਟ ਬਣਿਆ, ਮੇਰੀ ਫਾਈਲ ਮੈਂ ਸਾਰਾ ਕੁਝ ਕਢਾ ਕੇ ਤੈਨੂੰ ਫੋਨ ਕਰਨ ਦਿਆਂ, ਪਹਿਲਾਂ ਮੇਰੀ ਇੱਕ ਗੱਲ ਸੁਣ, ਤੇਰੇ ਨਾਲ ਆਪਣੀ ਕੋਈ ਵੀ ਬਦਤਮੀਜੀ ਕੋਈ ਗੱਲ ਹੋਈ, ਤੇਰਾ ਮੇਰਾ ਕੋਈ ਝਗੜਾ ਹੋਇਆ? ਧਮਕਾਉਂਦੇ ਆ ਟੱਟੂ ਹੁੰਦੇ ਆ, ਇਹਨੇ ਅੱਜ ਨੀ ਕੱਲ ਨੂੰ ਸਾਲੇ ਨੇ ਮਰ ਜਾਣਾ, ਏਦਾਂ ਦੇ ਬੜੇ ਬਦਮਾਸ਼ ਆਉਂਦੇ ਆ, ਬੜੇ ਜਾਂਦੇ ਆ, ਇਹਨੂੰ ਸਾਲੇ ਨੂੰ ਨਵੀਂ ਨਵੀਂ ਲੱਗੀ ਹਵਾ, ਇਹਨੂੰ ਕਹਿ ਹਵਾ ਨੂੰ ਆਪਣੀ ਨੂੰ ਘੱਟ ਕਰਦਾ, ਤੇਰੇ ਵਰਗੇ ਇੱਥੇ ਸਾਰੇ ਵੱਡੇ ਵੱਡੇ ਬਦਮਾਸ਼ ਨੀ ਬਚੇ, ਤੂੰ ਲੋਕਾਂ ਨੂੰ ਧਮਕੀਆਂ ਦਿੰਦਾ, ਸਭ ਤੋਂ ਮਾੜੀ ਤੇਰੀ ਗੱਲ ਆ ਕੁੜੀਆਂ ਨੂੰ ਧਮਕੀਆਂ ਦਿੰਦਾ, ਕੁੜੀ ਨੇ ਕੋਈ ਧਮਕੀ ਨਹੀਂ ਦਿੱਤੀ, ਰਿਕਾਰਡਿੰਗ ਆ ਸਾਰੀ ਰਿਕਾਰਡਿੰਗ ਕੁੜੀਆਂ ਨੇ ਸੁਣਾਈ ਮੈਨੂੰ, ਹੋਰ ਕੋਈ ਭਾਲਿਆ ਟਟੜਾ ਜਿਹਾ ਜਾ ਤਾਂ ਮੇਰੇ ਨਾਲ ਗੱਲ ਕਰਦਾ, ਹੁਣ ਮੈਨੂੰ ਅਖਤਰ ਨਾਲ ਗੱਲ ਕਰ ਲੈਂਦੇ, ਨਦੀਮ ਅਖਤਰ ਤੇਰਾ ਮੇਰਾ ਰਿਟਰਨ ਚ ਐਗਰੀਮੈਂਟ ਹੋਇਆ ਆ, ਤੇਰੇ ਕੋਲ ਜਿਹੜੇ ਮੈਂ ਪੈਸੇ ਲੈ ਰਿਟਰਨ ਚ ਲਏ ਆ, ਮੈਂ ਤੈਨੂੰ ਕਦੀ ਕਿਹਾ ਨਹੀਂ ਲੈ, ਉਹਨੇ ਕਿਹਾ ਬਿਲਕੁਲ, ਮੈਂ ਕਦੀ ਤੇਰੇ ਕੋਲ ਮੁਕਰਿਆ ਪੈਸੇ ਨਹੀਂ ਲੈ, ਇੱਕ ਮਿੰਟ ਅੱਛਾ, ਤੇਰੇ ਕੋਲ ਮੇਰਾ ਤੇਰੇ ਕੋਲ ਵੀ ਐਗਰੀਮੈਂਟ ਆ, ਮੇਰੇ ਕੋਲ ਵੀ ਐਗਰੀਮੈਂਟ ਆ, ਮੈਂ ਪੈਸੇ ਲੈ, ਮੈਂ ਅੱਜ ਵੀ ਕਹਿੰਦਾ ਲਏ ਆ, ਪੈਸੇ ਲੈ ਤੋਂ ਬਗੈਰ ਮੈਂ ਕੰਮ ਹੀ ਨਹੀਂ ਕਰਦਾ, ਮੈਂ ਤਾਂ ਲਏ ਤੇਰੇ ਕੋਲ ਪੈਸੇ, ਮੇਰੀ ਗੱਲ ਸੁਣੋ, ਅੱਛਾ ਹੁਣ ਅੱਗੇ ਆ ਜਾ, ਹੁਣ ਓਏ ਅਖਤਰ ਗੱਲ ਸੁਣ, ਅਗਲੀ ਗੱਲ ਸੁਣ ਲਾ ਹੁਣ, ਅੱਛਾ ਤੈਨੂੰ ਜਦੋਂ ਐਸਟੀਮੇਟ ਵੀ ਅਸੀਂ ਭੇਜਿਆ, ਉਹਦੇ ਵਿੱਚ ਵੀ ਤੈਨੂੰ ਵਰਬਲੀ ਉਹ ਵੀ ਸਾਡੇ ਕੋਲ ਰਿਕਾਰਡਿੰਗਾਂ, ਰਿਟਰਨ ਚ ਵੀ ਭਾਈ 3-4 ਮਹੀਨੇ ਤੋਂ ਪਹਿਲਾਂ ਸਾਨੂੰ ਪੁੱਛੇ ਹੋ ਬਿਨਾ ਹੋਈ ਗੱਲ ਕਿ ਨਹੀਂ, ਇਹ 4 ਮਹੀਨੇ ਪੁੱਛਿਓ ਨਾ, ਪੁੱਛਿਆ ਨਾ ਹੋਈ ਹੈ ਨਾ, ਇਹ ਸਾਡੇ ਕੋਲ ਰਿਕਾਰਡਿੰਗ ਵੀ ਆ, ਰਿਟਰਨ ਚ ਵੀ ਆ, ਅੱਛਾ ਬਿਲਕੁਲ ਬਿਲਕੁਲ ਸਹੀ ਕਹਿ ਰਿਹਾ ਤੂੰ, ਹੁਣ ਅੱਗੇ ਆ ਜਾ ਅੱਛਾ, ਕੈਨੇਡਾ ਦੇ ਅੰਬੈਸੀਆਂ ਦੇ ਵਿੱਚ ਪੈ ਗਿਆ ਮਸਲਾ ਹਨਾ, ਕੈਨੇਡਾ ਦੇ ਮੈਸੀਆਂ ਚ ਪੈ ਗਿਆ ਮਸਲਾ, ਸੁਣ ਉਸ ਤੋਂ ਬਾਅਦ ਹੁਣ ਫੇਰ ਮਸਲਾ, ਹੁਣ ਮੈਂ ਤੈਨੂੰ ਮੇਰੀ ਤੇਰੇ ਨਾਲ ਉਹ ਗੱਲ ਸੁਣ ਲਾ, ਜੇ ਸੁਣਨੀ ਜੇ ਬੈਂਸਣਾ ਤੇ ਬੈਂਸੀ ਜਾ, ਜੇ ਤਾਂ ਸੁਣਨੀ ਆ ਤਾਂ ਸੁਣ ਲਾ, ਤੇਰੇ ਕੋਲ ਜਿਹੜੀ ਮੈਂ ਫੀਸ ਲਈ ਆ
ਉਹ ਵੀ ਰਿਟਨ ਐਗਰੀਮੈਂਟ ਚ ਲਈ ਆ ਕਿ ਆਹ ਭਾਈ ਮੇਰੀ ਕੰਸਲਟੈਂਸੀ ਦੀ ਫੀਸ ਆ ਜਿਹੜੀ ਕਦੀ ਵੀ ਵਾਪਸ ਨਹੀਂ ਹੋਣੀ, ਸਾਡੇ ਕੋਲ ਲਿਖਤ ਵੀ ਆ, ਰਿਕਾਰਡਿੰਗ ਵੀ ਆ, ਤੇਰੇ ਕੋਲ ਵੀ ਆ। ਇਸ ਤੋਂ ਬਾਅਦ ਗੱਲ ਸੁਣ ਲਾ, ਓਏ ਸੁਣ ਲਾ ਗੱਲ, ਇਹ ਸੁਣ ਲਾ ਗੱਲ, ਇਹ ਸੁਣ ਲਾ ਗੱਲ, ਸੁਣਨਾ ਕਿ ਨਹੀਂ ਸੁਣਨਾ, ਉਹ ਸੁਣਨੀ ਆ ਕਿ ਨਹੀਂ, ਕੋਈ ਨੀ ਸੁਣ ਗੱਲ, ਤੇਰਾ ਅੱਛਾ ਤੇਰੇ ਤੇਰਾ ਤੂੰ ਸਾਡੇ ਕੋਲ ਮੈਨੂੰ ਕਿਹਾ ਭਾਜੀ ਮੈਨੂੰ ਪਾਸਪੋਰਟ ਚਾਹੀਦਾ, ਮੈਂ ਕਿਹਾ ਸਰ ਪਾਸਪੋਰਟ ਲੈ ਲਓ, ਉਹ ਸੁਣ ਵੀ ਤੂੰ ਭਾਈ ਰਿਟਰਨ ਚ ਸਾਨੂੰ ਦੇ ਦੇ ਵੀ ਮੈਨੂੰ ਪਾਸਪੋਰਟ ਚਾਹੀਦਾ, ਕੋਰੀਅਰ ਚ ਕਿਤੇ ਤੇਰਾ ਗਵਾਚ ਸਕਦਾ ਆ। ਮੈਂ ਪਹਿਲਾਂ ਰਿਟਰਨ ਚ ਕਿਉਂ ਦਊਂਗਾ? ਸੁਣ ਲਾ ਭਰਾਵਾ ਗੱਲ, ਜਾਂ ਮੇਰੀ ਸੁਣ ਲਾ, ਜਾਂ ਤੂੰ ਆਪਣੀ ਸੁਣ ਲਾ, ਮੈਂ ਤੁਹਾਨੂੰ ਪਹਿਲਾਂ ਹੀ ਸੈਨਾ ਤੇ ਭੇਜਦਾ ਤੋਂ ਕਾਹਦੇ ਵਾਸਤੇ ਜੀ। ਓ ਯਾਰ ਗੱਲ ਸੁਣ, ਜਦੋਂ ਤੂੰ ਓ ਯਾਰ ਅਸੀਂ ਤੈਨੂੰ ਕੋਰੀਅਰ ਚ ਪਾਸਪੋਰਟ ਭੇਜ ਦਈਏ, ਤੇਰਾ ਜਿਹੜਾ ਪਾਸਪੋਰਟ ਆ ਗੁੰਮ ਹੋ ਜਾਵੇ ਉਹਦਾ ਕੌਣ ਜ਼ਿੰਮੇਵਾਰ ਆ? ਚੌਦਾਂ ਨੌ ਤੇਈ ਨੂੰ ਤੇਰੀ ਮੇਰੇ ਨਾਲ ਗੱਲ ਹੋਈ ਆ, ਔਰ ਤੂੰ ਮੈਨੂੰ ਕਿਹਾ ਵੀ ਸਰ ਨਾ ਭੇਜਿਓ ਕੋਰੀਅਰ ਚ, ਮੈਂ ਕਿਹਾ ਸਹੀ ਆ, ਤੇ ਅਕਸਰ ਤਸੱਲੀ ਰੱਖੀ ਤੇਰਾ, ਅਸੀਂ ਟੂਰਿਸਟ ਪਲੱਸ ਅਸਾਈਲਮ ਕਰ ਰਹੇ। ਮੇਰੀ ਗੱਲ ਸੁਣੋ, ਮੈਂ ਕੋਰੀਅਰ ਵਾਲੀ ਕੋਈ ਗੱਲ ਨਹੀਂ ਕਹੀ, ਬਸ ਤੁਸੀਂ ਭੇਜੋ, ਇਹ ਰਿਸਪੋਂਸਿਬਿਲਟੀ ਮੇਰੀ ਆ, ਕੋਰੀਅਰ ਕਰੋਗੇ ਤੁਹਾਨੂੰ ਕਿਹਾ ਅਪਾਇੰਟਮੈਂਟ ਫੀਸ ਲੈ ਲਓ, ਫਿਰ ਉਸ ਤੋਂ ਬਾਅਦ ਨਦੀਮ ਤੈਨੂੰ ਅਸੀਂ ਕਿਹਾ ਸੀ, ਅਸੀਂ ਕਦੀ ਉਹ ਤੈਨੂੰ ਮੈਂ ਇਹ ਵੀ ਕਿਹਾ ਨਾ, ਅਸੀਂ ਕਦੀ ਕੋਰੀਅਰ ਨਹੀਂ ਕਰਦੇ, ਉਹ ਨਦੀਮ ਫਿਰ ਦੁਆਰਾ ਜੋ ਦੂੰਗਾ, ਉਹ ਨਦੀਮ ਬਾਂਦਰ ਜਿਹਾ, ਲੋਕਾਂ ਨੂੰ ਧਮਕੀਆਂ ਦਿੰਦਾ, ਭੂਤਨੀ ਦਾ ਭਾਨਾ ਭਾਨਾ ਭਾਨਾ, ਉਹ ਤੂੰ ਪ੍ਰਧਾਨ ਮੰਤਰੀ ਆ, ਮੁੱਖ ਮੰਤਰੀ ਆ, ਜੇ ਭੂਤਨੀ ਦੇ ਤੂੰ ਰੱਬ ਵੀ ਇੱਥੇ, ਤੂੰ ਮੁੱਖ ਮੰਤਰੀ ਹੋ, ਮੈਂ ਤਾਂ ਵੀ ਨੀ ਡਰਦਾ, ਤੇਰੀ ਲੱਲ ਭਾਨੇ ਦੀ, ਤੇਰੀ ਦੀ ਰਿਕਾਰਡਿੰਗ ਭੈਣ ਚੋਦਾ, ਤੇਰੀ ਲੱਲ ਬਦਮਾਸ਼, ਤੇਰੇ ਦੀ ਭੋਸੜੀ ਦਿਆ ਤਲਿਆ ਸਾਲਾ ਭਾਨੇ ਦਾ, ਤੇਰੀ ਮਾਂ ਦੀ ਟੰਗ ਤੇਰੀ ਦੀ ਭੈਣ ਚੋਦਾ, ਤੂੰ ਦਫ਼ਤਰਾਂ ਚ ਬਦਮਾਸ਼ੀਆਂ ਕਰਦਾ, ਤੇਰੀ ਮਾਂ ਦੀ ਲੱਲ ਤੇਰੀ ਦੀ ਸਾਲੇ ਤਲੇ ਦੀ ਭੈਣ ਦਾ ਚੋਦ ਭਾਨੇ ਦਾ, ਬੈਠ ਕੇ ਗੱਲ ਕੀਤੀ ਜਾਂਦੀ ਆ, ਗੱਲ ਸੁਣ ਮੇਰੀ, ਤੂੰ 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 ਕਰਕੇ ਬੋਲਦਾ, ਤੈਨੂੰ ਤਮੀਜ਼ ਹੈ ਨੀਗਾ? ਮੈਂ ਕਰੂੰਗਾ, ਤੂੰ ਕਰਨਾ ਭੋਸੜੀ ਦਿਆ ਤਲਿਆ ਸਾਰਾ ਭਾਨੇ ਦਾ ਟੱਟਲ, ਭੈਣ ਦਿਆ ਚੋਦਾ, ਬੋਟੀਆਂ ਬੋਟੀਆਂ ਵੱਟ ਕੇ ਰੱਖੋ ਤੈਨੂੰ ਸਾਰਾ ਕੰਮ ਖਿਲਾਣਾ, ਭੈਣ ਦਾ ਚੋਦ ਸਾਰਿਆ, ਤੇਰੀ ਆਵਾਜ਼ ਭੋਸੜੀ ਦਿਆ, ਤੇਰੀ ਸਖਲਾਉਣ ਦੀ ਆ, ਤੂੰ ਭੋਸੜੀ ਦਾ ਜਦੋਂ ਮਰਜ਼ੀ ਆ ਜਾ, ਮਾਂ ਦਾ ਚੋਦ ਸਾਰਾ ਕੱਲਾ, ਭੈਣ ਦੀ ਲੰਨ ਤੇਰੀ ਦੀ ਭੈਣ ਚੋਦਾ, ਮਾਂ ਦਾ ਕੰਜਰ ਸਾਲਾ, ਬਦਮਾਸ਼ੀਆਂ ਦਾ ਸਾਲਿਓ, ਲੋਕਾਂ ਨੂੰ ਕੰਮ ਕਰਦਿਆਂ ਨੂੰ ਖਰਾਬ ਕਰਦੇ ਆ, ਜੇ ਕੋਈ ਗਲਤ ਕਰੇ ਉਹਦੇ ਕੋਲ ਜਾਓ, ਭੈਣ ਚੋਦਾ ਇੱਕ ਇੱਕ ਗੱਲ ਰਿਟਰਨ ਚ ਕਰਦੇ ਸੀ, ਉਹ ਭੋਸੜੀ ਦਾ ਫੋਨ ਕੱਟ ਗਿਆ, ਉਹਨੇ ਮਾਂ ਮਰ ਗਈ। ਹੈਲੋ ਸਰ, ਫੋਨ ਕੱਟ ਦਿੱਤਾ, ਕੱਟ ਦਿੱਤਾ, ਲੈ ਤਾਂ
ਭੈਣ ਦਾ। ਸਰ ਮਿਸਟਰ ਨਦੀਮ ਸੇ ਬਾਤ ਕਰਨਾ। ਨਦੀਮ? ਹਾਂਜੀ ਹਾਂਜੀ ਹਾਂਜੀ। ਨਦੀਮ ਆ ਤੈਨੂੰ ਫੋਨ ਕਿਉਂ ਕੱਟ ਦਿੱਤਾ ਹੁਣ? ਬਾਜੀ ਕੁਛ ਥੋੜੀ ਬਹਿਸ ਹੋ ਗਈ ਤਾਂ ਤੁਸੀਂ ਗਾਲਾਂ 'ਚ ਕੱਢ ਰਹੇ ਸੀ। ਹਾਂ ਬਿਲਕੁਲ ਕੱਢ ਰਿਹਾ ਸੀ, ਸਾਡੇ ਧਮਕੀਆਂ ਦੂਗੇ ਤਾਂ ਗਾਲਾਂ ਨਹੀਂ ਕੱਢੂ ਤਾਂ ਉਹਦੀ ਮੈਂ ਆਰਤੀ ਕਰੂੰਗਾ। ਹਾਂਜੀ ਹਾਂਜੀ ਬੋਲੋ ਜੀ। ਮੈਂ ਆਰਤੀ ਕਰੂੰਗਾ ਉਸ ਬੰਦੇ ਦੀ। ਤੁਹਾਡੇ ਘਰ ਮੰਨ ਲਓ ਮੈਂ ਤੁਹਾਡੇ ਘਰ ਤੁਹਾਡੇ ਦਫ਼ਤਰ 'ਚ ਕੁੜੀਆਂ ਨੂੰ ਧਮਕੀ ਦੇਵਾਂ, ਬਦਤਮੀਜ਼ੀਆਂ ਕਰਾਂ, ਤੂੰ ਕਰਕੇ ਬੋਲਾਂ, ਤੁਸੀਂ ਮੈਨੂੰ ਛੱਡੋਗੇ? ਹਾਂ ਹਾਂ ਹੁਣ ਦੇਖੋ ਮੇਰੀ ਨਦੀਮ ਅਖਤਰ ਹੀ ਬੋਲ ਰਿਹਾ ਨਾ, ਦਫ਼ਤਰ ਨਹੀਂ ਸੀ ਫਿਰ ਵੀ ਤੈਨੂੰ ਮੈਸੇਜ ਬਕਾਇਦਾ ਪਹੁੰਚਦੇ ਰਹੇ ਆ, ਤੇਰਾ ਕੰਮ ਚੱਲ ਰਿਹਾ, ਤੈਨੂੰ ਪ੍ਰੋਬਲਮ ਕੀ ਆਈ ਆ? ਮੇਰਾ ਕੰਮ ਕੋਈ ਚੱਲ ਨਹੀਂ ਰਿਹਾ ਜੀ, ਡੇਢ ਸਾਲ। ਅੱਛਾ ਤੈਨੂੰ ਕਿੱਦਾਂ ਪਤਾ ਵੀ ਨਹੀਂ ਚੱਲ ਰਿਹਾ? ਰਿਸੈਪਸ਼ਨ ਵਾਲਿਆਂ ਨੇ 2 ਮਹੀਨੇ ਕਰਨਾ, 4 ਕਰਨਾ, ਕਦੋਂ ਨੂੰ ਭੱਜ ਜਾਣਾ? ਅਸੀਂ ਕਦੀ ਕਿਸੇ ਕਲਾਇੰਟ ਦੇਖ ਸੁਣ ਮੇਰੀ ਗੱਲ, ਨਦੀਮ ਮੇਰੀ ਇੱਕ ਗੱਲ ਸੁਣ, ਤੇਰਾ ਜਿਹੜਾ ਕੇਸ ਆ ਸਾਡੇ 4-5 ਟੌਪ ਫਾਈਲਾਂ ਤੇ ਪਿਆ ਹੋਇਆ ਆ, ਕਿਸੇ ਵੇਲੇ ਉਸ ਸੁਣ ਮੇਰਾ ਵੀਰ ਗੱਲ, ਮੇਰੀ ਗੱਲ ਸੁਣੀ, ਮੇਰੀ ਗੱਲ ਸੁਣ, ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ। ਜੇ ਫਿਰ ਤੂੰ ਮੰਨਦਾ ਹੀ ਨੀ ਫਿਰ ਮੈਂ ਕੁਛ ਨੀ ਕਰ ਸਕਦਾ, ਫਿਰ ਮੈਂ ਕੀ ਕਰ ਸਕਦਾ? ਉਸ ਤੋਂ ਬਾਅਦ ਤੁਹਾਨੇ ਮੈਨੂੰ ਅਪ੍ਰੈਲ ਚ ਫੋਨ ਕਰਿਆ ਕਿ ਤੁਹਾਡੀ 52,500 ਫੀਸ ਆ, ਜੋ ਦੇ ਦੋ 14-9-2020 ਗੱਲ ਸੁਣ, ਦੇਖ ਮੈਂ ਇੱਕ ਲੀਗਲ ਕੰਮ ਕਰਦਾ, ਮੇਰੇ ਕੋ ਇੱਕ ਇੱਕ ਤੇਰੀ ਰਿਕਾਰਡਿੰਗ ਪਈ ਆ, ਇੱਕ ਇੱਕ ਫਾਰਮ ਪਿਆ ਆ, ਕਿਹੜਾ ਤੂੰ ਅੱਜ ਕੰਮ ਕਰਦਾ? ਮੇਰੀ ਗੱਲ ਹੁਣ, ਤੂੰ ਰਾਮੂ ਰਾਮੂ ਵਾਲੀਏ ਨੂੰ ਫੋਨ ਕਰ, ਮੈਂ ਪਤਾ ਨੀ ਕਿੰਨੇ ਜਨਤਾ ਕੋ ਦੁਨੀਆ, ਓਏ ਮੈਂ ਕਿੰਨੇ ਓਏ ਕਾਨੂੰਨ ਗੱਲ ਸੁਣ ਲੈ ਮੇਰੀ, ਸੋਤੇ ਮੇਰੀ ਗੱਲ ਸੁਣ, ਬਲਵੰਤ ਸਿੰਘ ਰਾਮੂ ਵਾਲੀ ਨੂੰ ਜਾਣਦਾ, ਬਲਵੰਤ ਰਾਮੂ ਵਾਲੀ ਨੂੰ ਜਾਣਦਾ, ਮੇਰੀ ਗੱਲ ਸੁਣ, ਅੱਜ ਕੰਮ ਚੱਕਿਆ
ਉਹਨੂੰ ਫੋਨ ਕਰ। ਤੂੰ ਕਹਿਣਾ ਤਾਂ ਮੈਂ ਨੀ ਬੋਲਣਾ, ਤੁਸੀਂ ਕਹੋ ਤੇ ਤੁਸੀਂ ਕਹੋ, ਮੈਂ ਤੁਹਾਨੂੰ ਭਾਜੀ ਕਹੂੰਗਾ, ਭਾਜੀ ਕਰਕੇ ਬੋਲਣਾ। ਬਸ ਠੀਕ ਹੈ, ਇਹਦਾ ਕਰ ਦੇਣਾ ਸਾਰਾ ਸਿਸਟਮ। ਹੋਈ ਗੱਲ, ਐ ਬੋਲਣਾ ਹੁਣ, ਮੇਰੀ ਗੱਲ ਸੁਣ ਮੇਰਾ ਵੀਰ। ਬਲਵੰਤ ਸਿੰਘ ਰਾਮੂ ਵਾਲੀ ਨੂੰ ਦੁਨੀਆ ਜਾਣਦੀ, ਉਹਨੇ ਏਜੰਟਾਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ, ਸਿੱਖਤਾ ਸੀ ਨਾ। ਹੈਲੋ ਸਰ, ਕੱਟ ਦਿੱਤਾ ਫੋਨ ਨਦੀਮ ਸੇ ਬਾਤ ਕਰਨਾ। ਓਏ ਕੱਟ ਕੱਟ ਕਿਉਂ ਦਿੰਦੇ ਇਹ? ਉਹ ਨਦੀਮ ਕੱਟ ਕਰਦੇ ਦਿੰਦਾ, ਜੇ ਗੱਲ ਕਰਨੀ ਤਾਂ ਕਰ ਲਾ। ਹਾਂਜੀ 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 ਬੋਲੋ। ਉਹ ਜੇ ਗੱਲ ਕਰਨੀ ਭਰਾਵਾ ਕਰ ਲਾ, ਕੱਟਦਾ ਕਿਉਂ ਆ? ਕਰ ਰਿਹਾ ਕਰ ਰਿਹਾ, ਗੱਲ ਦੱਸੋ ਜੀ। ਦੇਖ ਇੱਧਰ ਆਖਰ, ਨਹੀਂ ਨਦੀਮ ਸੁਣ ਲਾ ਗੱਲ, ਮੈਂ ਬੇਹੱਦ ਇਮਾਨਦਾਰ ਬੰਦਾ ਆ, ਪਰ ਡਰਦਾ ਡੁਰਦਾ ਕਿਸੇ ਤੋਂ ਨੀ, ਨਾ ਮੈਂ ਕਿਸੇ ਨੂੰ ਡਰਾਉਣਾ ਆ। ਇਹਦੇ ਵਰਗੇ ਚਾਰ ਹੋਰ ਵੀ ਆ ਜਾਣ, ਮੈਨੂੰ ਕੋਈ ਫਰਕ ਨੀ। ਅਗਲੀ ਸੁਣ, ਤੇਰੇ ਤੇ ਅਕਾਲ ਪੁਰਖ ਜਾਣਦਾ ਤੇਰਾ ਕੰਮ ਕਰ ਰਹੇ ਆ। ਅੱਛਾ, ਤੇਰੇ ਤੇ ਇਮਾਨਦਾਰੀ ਨਾਲ ਮੈਂ ਕੰਮ ਕਰ ਰਿਹਾ, ਤੇਰੀ ਤੀਜੇ ਚੌਥੇ ਨੰਬਰ ਤੇ ਫਾਈਲ ਪਈ ਹੋਈ ਆ। ਸੁਣ ਅਗਲੀ ਗੱਲ, ਦਫ਼ਤਰ ਨੀ ਆਇਆ ਹੋਇਆ, ਮੈਂ ਮੰਡੇ ਤੋਂ ਦਫ਼ਤਰ ਆਉਣਾ ਆ, ਸਾਰਿਆਂ ਦੀਆਂ ਫਾਈਲਾਂ ਜਿਹੜੀਆਂ ਇਕਦਮ ਲੱਗਣੀਆਂ ਸ਼ੁਰੂ ਹੋ ਜਾਣੀਆਂ ਆ। ਸੁਣ, ਪਰ ਜੇ ਤੂੰ ਨਹੀਂ ਕਰਾਉਣਾ ਚਾਹੁੰਦਾ ਹਲੇ ਵੀ, ਤੂੰ ਕਹਿੰਦੇ ਕਿ ਮੈਨੂੰ ਨੀ ਯਕੀਨ, ਮੈਂ ਨੀ ਕਰਾਉਣਾ, ਭਾਈ ਤੇਰੇ ਕੋਲ ਆਹੀ ਹੱਲ ਆ, ਤੂੰ ਮੈਨੂੰ ਐਪਲੀਕੇਸ਼ਨ ਦੇ ਦੇ, ਮੈਂ ਕੰਮ ਬੰਦ ਕਰ ਦੇਣਾ, ਤੂੰ ਮੈਨੂੰ ਮੇਲ ਕਰ ਦੇ, ਮੈਂ ਕੰਮ ਬੰਦ ਕਰ ਦੇਣਾ। ਲੇਕਿਨ ਮੈਂ ਆਪਣਾ ਪੈਸਾ ਲਿਆ ਕੰਸਲਟੈਂਸੀ ਦਾ, ਉਹੀ ਲਿਖਿਆ, ਉਹ ਤੈਨੂੰ ਕਿਤੇ ਨੀ ਵਾਪਸ ਹੋਣਾ ਕਦੀ ਵੀ। ਜਿਹੜੀ ਤੂੰ ਦਿੱਤੀ ਆ ਫੀਸ, ਉਹ ਵੀ ਆਪਾਂ ਇੱਕ ਗੱਲ ਸੁਣ ਲਈ, ਉਹ ਵੀ ਆਪਣੇ ਕੋਲ ਰਿਟਨ ਐਗਰੀਮੈਂਟ ਆ, ਵੀ ਜਿਹੜੀ ਤੂੰ ਫੀਸ ਦਿੱਤੀ, ਮੇਰਾ ਉਸ ਫੀਸ ਨਾਲ ਕੋਈ ਲੈਣਾ ਦੇਣਾ ਨੀ। ਉਹ ਨਾਨ ਰਿਫੰਡੇਬਲ ਫੀਸ ਆ, ਤੇਰੇ ਬਿਹਾਫ ਤੇ ਅਸੀਂ ਕਹਾਂ ਦਿੱਤੀ ਆ, ਉਹ ਵੀ ਲਿਸਟ ਮੇਰੇ ਕੋਲ ਪਈ ਆ। ਮੈਂ ਇਮਾਨਦਾਰੀ ਨਾਲ ਤੇਰਾ ਕੰਮ ਕਰਾਂ, ਮੈਂ ਤੇਰੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ, ਪਰ ਜੇ ਹੁਣ ਤੂੰ ਨਹੀਂ ਕਰਨਾ ਨਾ, ਪੈਸਾ ਨਾ ਤੇਰੇ ਕੋਲ ਮੈਂ ਕੋਈ ਲਿਆ ਆ ਜਿਹੜਾ ਮੈਂ ਵਾਪਸ ਦੇਣਾ ਆ, ਤੇ ਨਾ ਮੈਂ ਦੇਣਾ ਆ। ਮੇਰੇ ਵੱਲੋਂ ਭਾਨੇ ਨੂੰ ਲਿਆ, ਮੇਰੇ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਲਿਆ, ਪ੍ਰਧਾਨ ਮੰਤਰੀ ਨੂੰ ਲਿਆ, ਮੇਰੇ ਵੱਲੋਂ 50 ਕੁੰਡੇ ਇਕੱਠੇ ਕਰਕੇ ਲਿਆ, ਮੇਰੇ ਵੱਲੋਂ ਨਿਹੰਗ ਨੀ ਪੂਲਾ ਮਰ ਗਿਆ ਉਹਨੂੰ ਚੱਕ ਲਿਆ ਨਿਹੰਗ ਨੂੰ, ਮੇਰੇ ਕੋਲ ਵੀ ਨਿਹੰਗਾਂ ਦੀਆਂ ਫੌਜਾਂ ਬਹੁਤ ਆ। ਤੇ ਜੇ ਕੰਮ ਕਰਾਉਣਾ ਤੇ ਮੁੜ ਕੇ ਮੈਨੂੰ ਇਦਾਂ ਦੇ ਗੁੰਡੇ ਦਾ ਫੋਨ ਨਾ ਆਵੇ, ਤੇ ਮੈਂ ਪਿਛਲੀ ਗੱਲ ਭੁੱਲ ਜਾਊਗਾ, ਮੈਂ ਕਰ ਦਊਗਾ, ਕੰਮ ਤੇਰਾ ਚੱਲਣ ਦਿਆ ਆ। ਪਰ ਜੇ ਤੂੰ ਇਸਦਾ ਕੀਤੀ, ਮੈਂ ਤੇਰੀ ਪੂਰੀ ਰਿਕਾਰਡਿੰਗ ਕਰ ਲਈ ਆ, ਮੈਂ ਉਹ ਵੀ ਲਾ ਦੇਣੀ ਫਾਈਲ ਚ, ਵੀ ਮੈਂ ਇਹਦਾ ਕਰਤਾ ਬੰਦ ਕੰਮ, ਕਿਉਂਕਿ ਇਹਨੇ ਮੈਨੂੰ ਗੁੰਡਿਆਂ ਤੋਂ ਧਮਕੀਆਂ ਦਵਾਈਆਂ, ਮੈਂ ਕਰ ਦੇਣਾ ਬੰਦ। ਮੈਨੂੰ ਕੋਈ ਪੁਲਿਸ, ਮੈਂ ਪੁਲਿਸ ਕੋਲ ਜਾ ਕੇ ਦੱਸੂਗਾ ਵੀ ਮੈਂ ਕਰਦਾ ਸੀ, ਇਹਨੇ ਆਹ ਕੀਤਾ, ਮੈਂ ਨੀ ਕਰਨਾ। ਰਹੀ ਪੈਸਿਆਂ ਦੀ ਗੱਲ, ਮੈਂ ਤੇਰੇ ਕੋਲ ਆਪਣੀ ਕੰਸਲਟੈਂਸੀ ਲਈ ਆ, ਨਾਨ ਰਿਫੰਡੇਬਲ, ਇਹਦੀ ਸਾਡੇ ਕੋਲ ਰਿਕਾਰਡਿੰਗ ਵੀ ਆ, ਮੇਰੀ ਫਿਨਿਸ਼ ਹੋ ਗਈ ਗੱਲ, ਫਿਨਿਸ਼ ਐਂਡ ਤੇ ਆ। ਤੇਰੀ ਜਿਹੜੀ ਫੀਸ ਦਿੱਤੀ ਆ ਸਾਡਾ, ਉਹਦੇ ਨਾਲ ਕੋਈ ਲੈਣਾ ਦੇਣਾ ਨੀ। ਜੇ ਤੇਰੇ ਕੋਲ ਕਾਪੀ ਕੁਆਚ ਗਈ ਹੈ, ਮੈਂ ਤੈਨੂੰ ਇੱਕ ਹੋਰ ਭੇਜ ਦਿੰਦਾ, ਠੀਕ ਆ? ਕਾਪੀਆਂ ਮੇਰੇ ਸਾਰੀ ਹੈਗੀਆਂ, ਮੇਰੀ ਗੱਲ ਸੁਣ, ਮੇਰਾ ਤਾਂ ਸੁਣ, ਤੂੰ ਕਿਹੜੇ ਪੈਸੇ ਮੰਗਦਾ ਮੇਰੇ ਕੋਲ? ਨਹੀਂ, ਮੇਰੇ ਜਿਹੜਾ ਕੰਮ ਹੀ ਰਹੇ ਕਹਿੰਦੇ ਕਹਿ ਦਮ ਕੋਈ ਤੇ, ਮੈਂ ਆਪਣੀ ਫੀ, ਮੈਂ ਜਿਹੜੇ ਤੇਰੇ ਵੀਜ਼ੇ ਦੇ ਪੈਸੇ ਲੈਣੇ ਸੀ ਉਹ ਤਾਂ ਮੈਂ ਹਲੇ ਲਏ ਨਹੀਂ, ਜਿਹੜੇ ਕੈਨੇਡਾ ਜਾ ਕੇ ਲੈਣੇ ਸੀ ਮੈਂ ਉਹ ਵੀ ਨਹੀਂ ਲਏ।
ਨਹੀਂ ਮੈਂ ਕਿਵੇਂ ਮੰਨਾਂ, ਮੇਰਾ ਕੰਮ ਹੋ ਰਿਹਾ ਜੋ ਡੇਢ ਸਾਲ ਦਾ ਹੁਣ ਤੱਕ। ਤੂੰ ਇੱਦਾਂ ਕਰ ਕੰਧ ਤੇ ਸਿਰ ਮਾਰ ਫੇ, ਆਪਣੇ ਕੰਧ ਤੇ ਸਿਰ ਮਾਰ, ਸ਼ਾਇਦ ਤੇਰਾ ਖਾਨਾ ਖੁੱਲ ਜਵੇ। ਹੁਣ ਜੇ ਤੂੰ ਕਰਦਾ ਕਹਿੰਦਾ ਵਾਂਗੂ ਮੈਨੂੰ ਕਾਲ ਕਰਨੀ ਹੋਈ ਨਾ ਤੇ ਮੈਂ ਕਰੂੰਗਾ ਚਾਲੂ, ਨਹੀਂ ਤਾਂ ਮੈਂ ਅੱਜ ਤੋਂ ਬੰਦ ਹੀ ਕਰ ਦੇਣਾ ਕੰਮ ਤੇਰਾ। ਨਹੀਂ ਬੰਦ ਤਾਂ ਕਰਨਾ ਮੈਨੂੰ, ਡਰਾ ਡਰੂ ਕੇ ਦੇਖਣਾ ਤੇ ਹੋਰ ਦੇਖ ਲਾ ਦੇਖੋ ਤੇਰਾ ਕੇਸ ਆ। ਜੇ ਮੈਂ ਤੈਨੂੰ ਖਰਾਬ ਕਰਨ ਤੇ ਆਇਆ ਨਾ ਤੇਰਾ ਸਾਰੇ ਕੁਝ ਖਰਾਬ ਹੋ ਜਾਣਾ। ਅੱਛਾ ਮੈਂ ਬਿਲਕੁਲ ਤੇਰੇ ਨਾਲ ਇਮਾਨਦਾਰੀ ਨਾਲ ਚੱਲਣਾ। ਤੂੰ ਉਤਨ ਆਇਆ ਸੀ ਅੱਲਾ ਦਾ ਨਾਂ ਲੈ ਕੇ ਮਲੇਰ ਕੋਟ ਲੈਣਾ ਤੂੰ ਹਨਾ, ਤੇ ਅੱਜ ਤੂੰ ਗੱਲਾਂ ਕਰਦਾ ਪੁੱਠੀਆਂ ਨਾ, ਤੇਰੀ ਮੇਰੇ ਨਾਲ ਕੋਈ ਲੜਾਈ ਨਾ ਝਗੜਾ। ਛੋੜ ਇਹ ਤੇ ਅਸੀਂ ਯਾਰ ਕਦੀ ਕੋਰੀਅਰ ਪਾਸਵਰਡ ਭੇਜਦੇ ਨੀ, ਮੈਂ ਤੇਰੀ ਉਹ ਵੀ ਮੰਨੀ, ਮੈਂ ਕਿਹਾ ਨਦੀਮ ਇੱਦਾਂ ਭੇਜਦੇ ਨੀ, ਰੱਬ ਨਾ ਕਰੇ ਯਾਰ ਜੇ ਗੁਆਚ ਗਿਆ। ਤੂੰ ਕਿਹਾ ਗੁਆਚ ਵੀ ਸਕਦਾ, ਇਸ ਕਰਕੇ ਮੈਂ ਨੀ ਲਿਖ ਕੇ ਦੇਣਾ। ਫਿਰ ਮੈਂ ਕਿਹਾ ਤੂੰ ਲੈ ਜਾ ਕੇ, ਤਿੰਨ ਵਾਰੀ ਦਫ਼ਤਰ ਤੇਰਾ ਪਾਸਵਰਡ ਅਸੀਂ ਲਿਆ ਕੇ ਰੱਖਿਆ, ਹਰ ਗੱਲ ਤੇਰੀ ਕੋਪਰੇਟ ਕਰ ਰਹੇ। ਤੁਸੀਂ ਕਹਿ ਰਹੇ ਹੋ ਅਪਾਇੰਟਮੈਂਟ ਲੈਣੀ ਪਊਗੀ, ਫਿਰ ਬਿਲਕੁਲ ਲੈਣੀ ਪਊਗੀ। ਓਏ ਯਾਰ ਪਾਸਵਰਡ ਅਸੀਂ ਦਫ਼ਤਰ ਥੋੜੀ ਰੱਖੇ ਹੁੰਦੇ ਆ, ਤੇਰਾ ਪਾਸਵਰਡ ਭਰਾਵਾ ਬੈਂਕ ਚ ਪਿਆ, ਪਹਿਲਾਂ ਬੈਂਕ ਚੋਂ ਕਢਾ ਕੇ ਤੇ ਫੇਰ ਹੀ ਲੈ ਕੇ ਆਉਣਾ ਦਫ਼ਤਰ ਚ। ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਹੋ ਤੇਰਾ ਕੋਈ ਪੈਸਾ ਵਾਪਸ ਨਹੀਂ ਹੁੰਦਾ? ਨਾ ਨਾ ਬਿਲਕੁਲ ਨਾ ਸੀ, ਤੇਰੇ ਕੋਲ ਵਾਪਸ ਕੋਈ ਇਦਾਂ ਦਾ ਮੈਂ ਲਿਆ ਵੀਜ਼ੇ ਤੇ ਮੈਂ ਲੈਣੇ ਆ, ਜਿਹੜਾ ਵੀਜ਼ੇ ਆਏ ਤੇ ਲੈਣੇ ਆ। ਅੱਛਾ ਨਹੀਂ ਮੈਂ ਡੇਢ ਸਾਲ ਆਪਣੇ ਕੋਲ, ਮੇਰੀ ਗੱਲ ਸੁਣੋ, ਡੇਢ ਸਾਲ ਹੋ ਗਿਆ ਮੇਰਾ ਹੁਣ ਤੱਕ ਕੰਮ ਨਹੀਂ ਹੋਇਆ, ਤੇ ਮੇਰਾ ਕੰਮ ਕੀ ਹੋ ਗਿਆ? ਮੰਨ ਲਓ 2 ਸਾਲ ਹੋਰ ਵੀ ਨਾ ਹੋਵੇ, ਮੈਂ ਤਾਂ ਸਾਰਿਆਂ ਨੂੰ ਪਹਿਲਾਂ ਦੱਸਦਾ, ਮੈਂ ਤਾਂ ਚੈਨਲਾਂ 'ਚ ਸ਼ਰੇਆਮ ਕਹਿੰਦਾ ਭਾਈ ਇਮੀਗ੍ਰੇਸ਼ਨ ਨੂੰ, ਇਮੀਗ੍ਰੇਸ਼ਨ ਬਿਗ ਬੌਸ ਆ ਕਿ ਨਹੀਂ ਕਿਹਾ ਸੀ ਤੈਨੂੰ ਵੀ ਦੱਸ? ਨਹੀਂ ਤੇ ਤੇਰੀ ਮੈਂ ਰਿਕਾਰਡਿੰਗ ਕੱਢ ਕੇ ਤੇਰੇ ਮੂਹਰੇ ਰੱਖ ਦੂੰਗਾ। ਬਿਗ ਬੌਸ ਤਾਂ ਜੀ ਆਪਣੇ ਵੈਸੀ ਫਾਈਲ ਸਬਮਿਟ ਕਰਤੀ ਹੋਵੇ, ਮੇਰੇ ਤਾਂ ਅਜੇ ਤੱਕ ਬਾਰੇ ਨਹੀਂ। ਗੱਲ ਸੁਣ, ਤੂੰ ਨਾਲ ਸਾਡੇ ਕੋਲ 2 ਚੀਜ਼ਾਂ ਨਹੀਂ ਕਰਾ ਰਿਹਾ, ਇੱਕੋ ਕਰਾ ਰਿਹਾ? ਕਿਦਾਂ ਜੀ? ਤੂੰ ਸਾਡੇ ਕੋਲ 2 ਕੰਮ ਕਰਾ ਰਿਹਾ ਨਾ, ਇੱਕ ਥੋੜੀ ਕਰਾ ਰਿਹਾ ਆ। ਮੈਂ ਮੁੱਲ ਤੇ ਮੈਂ ਰਾਤੋ ਰਾਤ ਠੱਪੇ ਲਾ ਕੇ ਕੱਢ ਦਿਆ ਕਰੂੰਗਾ। ਤੇਰਾ ਮੈਂ ਰਿਫਿਊਜ਼ ਕਰਕੇ ਰੱਖ ਦਵਾਂ? ਤੈਨੂੰ ਮੈਂ ਦੱਸਿਆ ਵੀ ਸਾਰਾ ਰਿਕਾਰਡਿੰਗ ਹੋਣ ਦਾ ਹੀ ਆ, ਕੱਲ ਤੱਕ ਮੈਂ ਕਰਨੀ ਵੇਟ। ਜੇ ਤੂੰ ਮੈਨੂੰ ਰਿਕੁਐਸਟ ਕਰੂੰਗਾ ਸਰ ਮੇਰਾ ਕੰਟੀਨਿਊ ਰੱਖੋ, ਤੇ ਮੈਂ ਨਦੀਮ ਬਿਲਕੁਲ ਇਮਾਨਦਾਰੀ ਨਾਲ ਅੱਗੇ ਕਰੂੰਗਾ, ਨਹੀਂ ਤਾਂ ਮੈਂ ਕਰ ਦੇਣਾ ਬੰਦ ਤੇ ਤੂੰ ਜਾਣਾ ਥਾਣੇ ਬਦਮਾਸ਼। ਜਿੱਥੇ ਮਰਜ਼ੀ ਜਾ ਮੈਂ ਥਾਣੇ ਜਾ ਕੇ ਕਹੂੰਗਾ ਵੀ ਆਹ ਇੱਕ ਬਦਮਾਸ਼ ਤੋਂ ਮੈਨੂੰ ਇਹ ਧਮਕੀਆਂ ਦਵਾਉਂਦਾ ਸੀ, ਪੈਸਾ ਮੈਂ ਤੋਂ ਕੋਈ ਇਦਾਂ ਦਾ ਲਿਆ ਨਹੀਂ ਜਿਹੜਾ ਵਾਪਸ ਕਰਨ ਯੋਗ ਹੋਵੇ। ਮੈਂ ਆਪਣੀ ਕੰਸਲਟੈਂਸੀ ਫੀਸ ਲਈ ਆ, ਜਿਹੜੀ ਉਹ ਦੂਜੀ ਫੀਸ ਆ ਉਹ ਤੂੰ ਆਪ ਦਿੱਤੀ ਆ, ਸਾਡੇ ਥਰੂ ਦਿੱਤੀ ਆ, ਉਹ ਵੀ ਲਿਖਿਆ ਸਾਡਾ ਕੋਈ ਲੈਣਾ ਦੇਣਾ ਨੀ। ਤੁਰਿਆ ਫਿਰ ਜਿੱਥੇ ਮਰਜ਼ੀ, ਫਿਰ ਤੈਨੂੰ ਮੈਂ ਕੱਲ ਤੱਕ ਦਿੰਦਾ, ਪਰ ਬਦਤਮੀਜ਼ੀ ਨਾਲ ਗੱਲ ਨਾ ਨਦੀਮ ਕਰੀ ਕੋਈ ਸਟਾਫ ਨਾ। ਤੇਰੀ ਬਾਇਓਮੈਟ੍ਰਿਕ ਕਿੱਥੋਂ ਕਰਾ ਦਈਏ? ਅੱਛਾ ਗੱਲ ਸੁਣ, ਸਾਰੀ ਦੁਨੀਆਂ ਨੂੰ ਪਤਾ ਵੀ ਅੰਬੈਸੀਆਂ ਬੰਦ ਹੋ ਕੇ ਚਲ ਗਈਆਂ, ਮੈਂ ਧੱਕੇ ਨਾਲ ਖੋਲ ਦਿੰਦਾ ਕਰਨਾ ਕਰ ਫੇ ਕੱਲ ਤੱਕ ਮੈਂ ਠੀਕ ਤਾਂ, ਨਹੀਂ ਤਾਂ ਮੈਂ ਲੱਗਾ ਤੇਰੀ ਫਾਈਲ ਬੰਦ ਕਰਨ।
ਮੈਨੂੰ ਰਿਕੁਐਸਟ ਕਰ ਕਿ ਸਰ ਤੁਸੀਂ ਕੰਟੀਨਿਊ ਕਰੋ, ਮੈਂ ਬਿਲਕੁਲ ਕਰੂੰਗਾ ਇਮਾਨਦਾਰੀ ਨਾਲ, ਇੱਦਾਂ ਨੀ ਮੈਂ ਡਰਦਾ ਡੁਰਦਾ ਹੀ ਜਾਂਦੀਆਂ ਧਮਕੀਆਂ ਤੋਂ। ਬਿਲਕੁਲ ਕੋਈ ਨਾ, ਦੇਖ ਇੱਧਰ ਸੁਣ, ਕੱਲ ਨੂੰ 11 ਵਜੇ ਤੱਕ ਸਵੇਰੇ ਮੈਨੂੰ ਫੋਨ ਕਰ ਦੇਈ ਜਾਂ ਮੇਲ ਕਰ ਦੇਈ ਵੀ ਸਰ ਮੇਰਾ ਕੰਟੀਨਿਊ ਕਰੋ, ਬੰਦ ਨਾ ਕਰਿਓ, ਤੇ ਮੈਂ ਕਰੂੰਗਾ, ਨਹੀਂ ਤਾਂ ਬੰਦ ਸਮਝੀ ਹੁਣ। ਹੈਲੋ ਸਰ, ਕੱਟ ਕਰ ਦਿੱਤਾ, ਜੇ ਦਫ਼ਤਰ ਜਾ ਕੇ ਤੇਰੇ ਮੂੰਹ ਚ ਆਵਾਜ਼ ਨਿਕਲਣੀ, ਮੈਂ ਤੈਨੂੰ ਗੱਲ ਦੱਸਦੀ, ਮੇਰੀ ਗੱਲ ਸੁਣ ਲਓ ਧਿਆਨ ਨਾਲ, ਤੇਰੀ ਆਵਾਜ਼ ਨਿਕਲਣੀ ਨਾ ਤੇਰੀ ਨਿਕਲਣੀ ਆ, ਡੇਢ ਸਾਲ ਹੋਗੇ ਬੰਦੇ ਨੇ ਪੈਸੇ ਨੀ ਦਿੰਦੇ, ਤੁਸੀਂ ਕਿਹੜਾ ਧਮਕੀ ਦਿੰਦਾ? ਜਿਹੜਾ ਬੰਦਾ ਹੈਗਾ ਆ ਉਹ ਸਾਡੇ ਨਾਲ ਗੱਲ ਕਰੇ, ਤੁਸੀਂ ਲੋਕਾਂ ਨੂੰ ਦਿੰਦੇ, ਤੁਸੀਂ ਦਿੰਦੇ ਹੋਗੇ ਧਮਕੀਆਂ, ਅਸੀਂ ਨੀ ਡਰਦੇ ਤੁਹਾਡੇ ਧਮਕੀਆਂ ਤੋਂ, ਵੀ ਤੁਸੀਂ ਧਮਕੀਆਂ ਤੋਂ ਡਰਦੇ ਜਾਂ ਤੁਸੀਂ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਧਿਆਨ ਨਾਲ ਮੈਡਮ, ਮੇਰੀ ਗੱਲ ਸੁਣੋ, ਜਲੰਧਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ, ਜੇਕਰ ਜਲੰਧਰ ਪ੍ਰਸ਼ਾਸਨ ਪੈਸੇ ਨਹੀਂ ਦੇਊਗਾ ਤਾਂ ਮੈਂ ਸੋਹਤੇ ਦੇ ਧਰਨਾ ਬਾਰ ਚਲਾਉਂਗਾ, ਮੇਰੀ ਵੀਡੀਓ ਸਾਰੀ ਰਿਕਾਰਡ ਕਰ ਲਓ, ਸੋਹਤਾ ਜਿਹੜਾ ਮੈਂ ਵੀਡੀਓ ਸਾਰੀ ਦਿਖਾ ਦੇ, ਸਾਰੀਆਂ ਵੀਡੀਓ ਫੋਟੋਆਂ ਅਸੀਂ ਵੀਡੀਓ ਚਲਾ ਦਾਂਗੇ। ਸੋਹਤਾ ਜਿਹੜਾ ਸਟਾਫ ਇਸ ਤਰ੍ਹਾਂ ਗੱਲ ਕਰਦਾ, ਬੱਚੇ ਬੈਠਾ ਫਸਟ ਟ੍ਰੈਕ ਐਡਵਾਈਜ਼ਰ ਨਾ ਹੋਵਾਂ, ਜਿਹੜੀ ਠੋਕ ਦੇਣ ਨੂੰ, ਠੀਕ ਆ, ਇਹਨੂੰ ਕਿਸੇ ਨੇ ਤਾਂ ਵੀ ਜਾਣਾ, ਸਟਾਫ ਇਹਦਾ ਇਸ ਤਰ੍ਹਾਂ ਗੱਲ ਕਰਦਾ, 4.5 ਲੱਖ ਰੁਪਇਆ ਬੰਦੇ ਨੇ ਲੈਣਾ, 1.5 ਸਾਲ ਹੋ ਗਿਆ ਬੰਦੇ ਤੋਂ, 1 ਰੁਪਿਆ ਵਾਪਸ ਨਹੀਂ ਕਰਿਆ। ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਰਾਹ ਦਵੋ, ਮੈਂ ਇੱਥੇ ਕਿਉਂ ਆਵਾਂ? ਮੈਨੂੰ ਰਾਹ ਤਾਂ ਦੇ ਨਹੀਂ ਰਹੇ ਰਿਕਾਰਡਿੰਗਾਂ ਨੇ, ਬਾਕੀ ਦਾ ਸਾਰੀਆਂ ਰਿਕਾਰਡਿੰਗਾਂ ਨੇ ਮਿਲ ਲਵੇ, ਠੀਕ ਹੈ? ਹਾਂ, ਤੁਹਾਡੇ ਨਾਲ ਹੀ ਗੱਲ ਹੋਈ ਆ, ਤੁਸੀਂ ਮੇਰੇ ਕੋਈ ਹੋਰ ਵੀ ਨੀ ਹੋਗੀ ਉਰੇ, ਠੀਕ ਹੈ? ਮੇਰੀ ਗੱਲ ਸੁਣ ਇੱਕ ਮਿੰਟ, ਸੋਹਤੇ ਕੋਲੇ ਬੁੱਧਵਾਰ, ਅਗਲੇ ਬੁੱਧਵਾਰ ਤੱਕ ਦਾ ਟਾਈਮ, ਅੱਜ ਬੁੱਧਵਾਰ ਆ, ਜੇ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਇਸਦਾ ਮਸਲਾ ਨਹੀਂ ਹੱਲ ਕਰਦੇ ਤਾਂ ਤੁਹਾਡੇ ਨਾਲ ਉਹ ਕਰਾਂਗੇ ਜਿਹੜੀ ਕਿਸੇ ਨਾਲ ਜੰਟਰਾਂ ਜ਼ਿਕਰ ਨਹੀਂ ਕੀਤੀ ਹੋਣੀ। ਪਹਿਲਾਂ ਤਾਂ ਮੇਰੀ ਗੱਲ ਸੁਣੋ, ਤੁਸੀਂ ਸਾਨੂੰ ਧਮਕੀਆਂ ਨਾ ਦਿਓ, ਠੀਕ ਹੈ ਨਾ? ਹਾਂ ਬਿਲਕੁਲ, ਮੇਰੀ ਧਮਕੀ ਆ, ਤੁਸੀਂ ਇਹ ਧਮਕੀਆਂ ਉਹਨੂੰ ਦਿਓ, ਅਸੀਂ ਨਹੀਂ ਤੁਹਾਡੇ ਤੋਂ ਡਰਦੇ, ਅਸੀਂ ਕਰਦੇ ਹਾਂ ਜੈਨੂਇਨ ਕੰਮ, ਅਸੀਂ ਕਰਦੇ ਹਾਂ ਸਹੀ ਕੰਮ, ਅਸੀਂ ਜੇ ਤਾਂ ਅਸੀਂ ਕੁਝ ਗਲਤ ਕੰਮ ਕਰਦੇ ਹੋਈਏ ਫੇਰ ਸਾਨੂੰ ਡਰ ਆ। ਜੇ ਤੁਸੀਂ ਸਹੀ ਕੰਮ ਕਰਦੇ ਹੋ, 1.5 ਸਾਲ ਹੁੰਦਾ, ਹੁਣ ਮੈਂ ਚਲੇ ਵੀ ਜਾਂਦਾ ਬਾਹਰ, ਸਰਵੇ ਕਹਿ ਰਹੀਆਂ 4 ਮਹੀਨੇ ਦਾ ਟਾਈਮ ਆ, 4 ਮਹੀਨੇ ਚਲੇ ਜਾਏਗਾ ਬਾਹਰ, 4 ਮਹੀਨੇ 1.5 ਸਾਲ ਹੋ ਗਿਆ, ਅੱਜ ਤੱਕ ਬਾਇਓਮੈਟ੍ਰਿਕ ਨਹੀਂ ਹੋਈ, ਮੇਰੇ 1.5 ਸਾਲ ਹੋ ਗਿਆ ਪੈਸੇ ਦਿੱਤੇ ਨੂੰ ਬਾਇਓਮੈਟ੍ਰਿਕ ਦੇ, ਉਹ ਬਾਇਓਮੈਟ੍ਰਿਕ ਵੀ ਨਹੀਂ ਲੈਤੀ, 76,500 ਫੀਸ, 19 ਫੀਸ ਹੁੰਦੀ ਬਾਇਓਮੈਟ੍ਰਿਕ ਦੀ,
ਜਿਹੜਾ ਤੇਰਾ ਬੁੱਧਵਾਰ ਤੱਕ ਨੇ ਸੋਤੇ ਨੇ ਹੱਲ ਕਰਤਾ ਨੀ, ਜਿੰਨੀਆਂ ਸਾਰੀ ਰਿਕਾਰਡਿੰਗ ਹੋਈ ਹੈ, ਸਾਰੀ ਵੀਡੀਓ ਹੋਈ ਹੈ, ਇਹਨੂੰ ਕਰੇ ਭਾਣਾ ਸਿੱਧੂ ਨੂੰ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ, ਸੋਤੇ ਨੂੰ ਪਤਾ, ਇਹ ਸਾਰਾ ਮੈਂ ਮਟੀਰੀਅਲ ਫੇਸਬੁੱਕ ਤੇ ਚੜਾਊਂਗਾ ਜੀ, ਉਨਾ ਟਾਈਮ ਕਿਸੇ ਮੁੰਡੇ ਨੇ ਕੋਈ ਨੀ ਚਾੜਨਾ ਦਾ, ਠੀਕ ਹੈ ਨਾ ਗੱਲ, ਤੇਰਾ ਸਾਰਾ ਮਟੀਰੀਅਲ ਜਿਹੜਾ ਇਹਦੇ ਬਾਅਦ ਅਗਲੇ ਬੁੱਧਵਾਰ ਨੂੰ ਪੇਜ ਤੇ ਸਾਰੇ ਥਾਵਾਂ ਚੜਾਊ, ਜਿਹੜੇ ਨਾ ਹੱਲ ਕਰਿਆ, ਜਿਹੜੀ ਆਹ ਗੱਲ ਕਰਦੇ ਮੈਂ ਦੇਖਦਾ ਇਹਦਾ ਕੀ ਇਹਦਾ ਮਸਲਾ, ਸਾਰੇ ਸਟਾਫ ਬਾਰੇ ਇਹਨਾਂ ਦੇ ਬਾਰੇ ਇਦੋਂ ਅਗਲੇ ਬੁੱਧਵਾਰ ਨੂੰ ਮੇਰੇ ਕੋਲੇ ਆ ਜੀ, ਨਾ ਮਸਲਾ ਹੋਲੇ ਫਿਰ ਮੈਂ ਅਗਲਾ ਕਰੂੰ, ਅਜੇ ਕੋਈ ਪੇਜ ਤੇ ਨਾ ਚੜਾ, ਠੀਕ ਹੈ ਚਾਹ ਹਾਂ।